ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵੈਸਟਰਨ ਓਵਰਸੀਜ਼ ਦੀ ਟੀਮ ਫਿਰ ਤੋਂ ਹਾਜ਼ਰ ਹੈ ਕੈਨੇਡਾ ਦਾ ਨਿਊ ਵੀਜ਼ਾ ਲੈ ਕੇ ਅੰਡਰ ਨਿਊ ਕੈਟੇਗਰੀ SGS। ਸੋ ਹੇਅਰ ਇਜ਼ ਅ ਵੀਜ਼ਾ ਆਫ ਮਿਸਟਰ ਵਰਿੰਦਰ ਸੰਧੂ। ਕੰਗਰੈਚੁਲੇਸ਼ਨਸ ਵਰਿੰਦਰ। ਕੰਗਰੈਚੁਲੇਸ਼ਨਸ ਮੈਮ। ਵਰਿੰਦਰ ਸੰਧੂ ਜੀ, ਜੋ ਵੀ ਪ੍ਰੋਫਾਈਲ ਹੈ ਵਰਿੰਦਰ ਸੰਧੂ ਦਾ, ਜੋ ਵੀ ਐਕਸਪੀਰੀਅੰਸ ਵੈਸਟਰਨ ਓਵਰਸੀਜ਼ ਦੇ ਨਾਲ ਰਿਹਾ, ਵਰਿੰਦਰ ਸੰਧੂ ਜੀ ਆਪ ਹੀ ਆਪਣੀ ਜ਼ਬਾਨੀ ਸਾਨੂੰ ਸਭ ਨੂੰ ਦੱਸਣਗੇ। ਵਰਿੰਦਰ ਦੱਸੋ ਸਰ। ਮਾਈ ਨੇਮ ਇਜ਼ ਵਰਿੰਦਰ ਸਿੰਘ ਸੰਧੂ। ਮੈਂ CGC ਕਾਲਜ ਚੋਂ ਬੈਚਲਰ ਇਨ ਕੰਪਿਊਟਰ ਸਾਇੰਸ ਟੈਕਨੋਲੋਜੀ ਕੀਤੀ ਸੀ ਵਿਦ 70% ਮਾਰਕਸ, ਐਂਡ ਮੇਰੇ ਓਵਰਆਲ 7 ਬੈਂਡ ਸੀਗੇ ਜੀ, ਨੋਟ ਲੈਸ ਦੈਨ ਸਿਕਸ। ਐਂਡ ਟਾਕਿੰਗ ਅਬਾਊਟ ਦਿਸ ਸਰਵਿਸ ਵੈਸਟਰਨ ਓਵਰਸੀਜ਼, ਮੇਰੇ ਲਾਸਟ ਈਅਰ ਮੇਰੇ ਬ੍ਰਦਰ ਦਾ ਵੀਜ਼ਾ ਇਹੀ ਔਰਗਨਾਈਜੇਸ਼ਨ ਵੱਲੋਂ ਆਇਆ ਸੀਗਾ ਜੀ। ਦਿਸ ਟਾਈਮ ਮੈਂ ਇੱਥੋਂ ਹੀ ਅਪਲਾਈ ਕੀਤਾ, ਐਂਡ ਹੇਅਰ ਇਜ਼ ਮਾਈ ਵੀਜ਼ਾ, ਐਂਡ ਵਿਦ ਇਨ 1 month ਆਈ ਗੋਟ ਮਾਈ ਵੀਜ਼ਾ। ਅਤੇ 2019 ਲਈ ਮੈਂ ਜਾ ਰਿਹਾ ਜੀ ਮੋਂਟਰੀਅਲ ਦੇ ਵਿੱਚ, ਐਂਡ ਆਈ ਐਮ ਵੈਰੀ ਥੈਂਕਫੁਲ ਟੂ ਦਿਸ ਔਰਗਨਾਈਜੇਸ਼ਨ ਐਂਡ ਟੂ ਸਿਮਰਨ ਮੈਮ ਐਂਡ ਭਾਰਤੀ ਮੈਮ ਸਪੈਸ਼ਲੀ। ਸੋ ਥੈਂਕ ਯੂ ਸੋ ਮੱਚ ਫੋਰ ਦਾ ਮੈਮ ਵੀਜ਼ਾ। ਥੈਂਕ ਯੂ ਸਰ, ਥੈਂਕ ਯੂ ਸੋ ਮੱਚ। ਸੋ ਸਟੂਡੈਂਟਸ, ਤੁਸੀਂ ਦੇਖ ਸਕਦੇ ਹੋ ਕਿ ਅੱਜ ਤੋਂ 1.5 ਸਾਲ ਪਹਿਲਾਂ ਪ੍ਰਭਜੋਤ ਸਿੰਘ ਸੰਧੂ ਸਾਡੇ ਤੋਂ ਹੀ ਵੈਸਟਰਨ ਓਵਰਸੀਜ਼ ਦੀ ਸਰਵਿਸ ਥਰੂ ਹੀ ਕੈਨੇਡਾ ਗਏ ਸੀ, ਅਤੇ ਹੁਣ ਉਹਨਾਂ ਦੇ ਬ੍ਰਦਰ ਚੱਲੇ ਨੇ ਜੀ ਸਿਜਿਪ ਕਾਲਜ ਦੇ ਵਿੱਚ ਮੋਬਾਈਲ ਐਪਲੀਕੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦੇ ਲਈ। ਸੋ ਅਗਰ ਤੁਸੀਂ ਵੀ ਚਾਹਵਾਨ ਹੋ ਕਿਸੇ ਵੀ ਕੰਟਰੀ ਦੇ ਵਿੱਚ ਐਜੂਕੇਸ਼ਨ ਅਬਰਾਡ ਦੇ ਲਈ ਅਪਲਾਈ ਕਰਨ ਦੇ ਲਈ, ਤਾਂ ਵੈਸਟਰਨ ਓਵਰਸੀਜ਼ ਦੀ ਕਿਸੇ ਵੀ ਡੇਡਲੀ ਬ੍ਰਾਂਚ ਦੇ ਵਿੱਚ ਵਿਜ਼ਿਟ ਜ਼ਰੂਰ ਕਰੋ। ਥੈਂਕ ਯੂ ਸੋ ਮੱਚ।